ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਦਰਨਜੀਤ ਕੌਰ ਪੇਸ਼ ਨਹੀਂ ਹੁੰਦਕੀਆਂ ਖਬਰਾਂ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਵੀ ਕੇ ਪਾਵਰਾ ਨੇ ਅੱਜ ਮੋਹਾਲੀ ਵਿਖੇ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ ਜਿੱਥੇ ਬੀਤੀ ਦੇਰ ਸ਼ਾਮ ਇੱਕ ਤਮਾਕਾ ਹੋਇਆ ਸੀ ਉਹਨਾਂ ਇਸ ਤਮਾਕੇ ਤੋਂ ਪੈਦਾ ਹਾਲਾਤ ਦਾ ਜਾਇਜ਼ਾ ਲਿਆ ਮਗਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀ ਕੇ ਪਾਵਰਾ ਨੇ ਕਿਹਾ ਕਿ ਪੰਜਾਬ ਪੁਲਿਸ ਇੱਕ ਚੁਣੌਤੀ ਹੈ ਪੁਲਿਸ ਲਈ ਇੱਕ ਚੁਣੌਤੀ ਇਹ ਉਹਨਾਂ ਕਿਹਾ ਕਿ ਇਸ ਬਾਰੇ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਇਸ ਤਮਾਕੇ ਦਾ ਖਾਲਿਸਤਾਨ ਸੰਬੰਧੀ ਕੋਈ ਲਿੰਕ ਹੋਣ ਦੇ ਸਵਾਲ ਤੇ ਉਹਨਾਂ ਕਿਹਾ ਕਿ ਫਿਲਹਾਲ ਇੰਤਜ਼ਾਰ ਕਰਨਾ ਚਾਹੀਦਾ ਹੈ जो एक्सप्लोजिव इस्तेमाल हुआ है वो टी लग रहा है बाकी इसमें जिस जिस तरीके से इंसिडेंट हुआ है शाम के टाइम उस टाइम कमरे में कोई नहीं था और इम्पैक्ट दीवार पे आया इसलिए नुकसान कोई नहीं हुआ है और लेकिन ये चैलेंज है और हम इसको इस केस को सॉल्व करने के लिए पूरे कोशिश कर रहे हैं और जल्दी सॉल्व ਇਸ ਘਟਨਾ ਮਗਰੋਂ ਸਮੁੱਚੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਤਕਰੀਬਨ ਡੇਢ ਦਰਜਨ ਵਿਅਕਤੀਆਂ ਨੂੰ ਡਿਟੇਨ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਰਾਨ ਐਸਟੀਐਸ ਨਗਰ ਦੇ ਐਸਐਸਪੀ ਵਿਵੇਕਸ਼ਲ ਸੋਨੀ ਨੇ ਮੋਹਾਲੀ ਇੰਟੈਲੀਜੈਂਸ ਦਫ਼ਤਰ ਦੇ ਬਾਅਦ ਅੱਜ ਫਿਰ ਇੱਕ ਹੋਰ tMapਕਾ ਹੋਣ ਦੀ ਖਬਰ ਨੂੰ ਬੇਬੁਨਿਆਦ ਅਤੇ ਝੂਠੀ ਦੱਸਿਆ ਹੈ ਉਨ੍ਹਾਂ ਕਿਹਾ ਕਿ ਅੱਜ ਅਜਿਹਾ ਕੋਈ tMapਕਾ ਨਹੀਂ ਹੋਇਆ ਹੈ ਇਜ਼ਰਾਨਤਾ ਮਾਕੇ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਨੂੰ ਪੂਰੀ ਘਟਨਾ ਦੀ ਜਾਂਚ ਡੂੰਘਾਈ ਨਾਲ ਕਰਨ ਦੇ ਹੁਕਮ ਦਿੱਤੇ ਨੇ ਤਾਂ ਜੋ ਇਸ ਦੀ ਤਹਿ ਤੱਕ ਪਹੁੰਚਿਆ ਜਾ ਸਕੇ ਚੰਡੀਗੜ੍ਹ ਵਿੱਚ ਆਪਣੀ ਸਰਕਾਰੀ ਰਿਹਾਇਸ਼ਗਾਹ ਤੇ ਅਸਵਿਰਿਓਨਾ ਪੁਲਿਸ ਮੈਕਮੇਂਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਦੁਸ਼ਮਨ ਤਾਕਤਾਂ ਸੂਬੇ ਵਿੱਚ ਗੜਬੜ ਪੈਦਾ ਕਰਨ ਲਈ ਲਗਾਤਾਰ ਯਤਨਸ਼ੀਲ ਨੇ ਪਰ ਇਹ ਆਪਣੇ ਨਾਪਾਕ मंसूबਿਆਂ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਣਗੀਆਂ। ਇਹ ਦੇ ਰਾਕੇਟ ਹਮਲੇ ਦੀ ਸਾਬਕਾ ਮੰਤਰੀ ਮਨਰੰਜਨ ਕਾਲਿਆ ਨੇ ਨਿਖੇਦੀ ਕੀਤੀ ਜਲੰਧ ਤੋਂ ਜਾਰੀ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਹੈੱਡਕੁਆਰਟਰ ਹੀ ਸੁਰੱਖਿਅਤ ਨਹੀਂ ਹੈ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸ਼ਾਸਨ ਦੌਰਾਨ ਆਮ ਆਦਮੀ ਦੀ ਸੁਰੱਖਿਆ ਤੇ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਹੈ ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਮਗਰੋਂ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਅਤੇ ਰਾਕੇਟ ਹਮਲਾ ਤਮਾਕਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਅਮਨ ਨੂੰ ਭੰਗ ਕਰਨ ਵਾਲਿਆਂ ਖਿਲਾਫ ਜਾਗਰ ਲਈ ਇੱਕ ਘੰਟੀ ਹੈ ਭਾਰਤੀ ਜਨਤਾ ਪਾਰਟੀ ਦੇ ਨੇਤਾ ਤੇ ਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਦੇਦਿਆਂ ਪੁਲਿਸ ਨੂੰ ਉਹਨਾਂ ਨੂੰ 5 ਜੁਲਾਈ ਤੱਕ ਗ੍ਰਿਫਤਾਰ ਨਾ ਕਰਨ ਦੀ ਹਦਾਇਤ ਕੀਤੀ ਹੈ। ਮੋਹਾਲੀ ਦੀ ਇੱਕ ਅਦਾਲਤ ਵੱਲੋਂ ਬੀਤੇ ਦਿਨੀ ਤੇਜਿੰਦਰਪਾਲ ਬੱਗਾ ਦੇ ਜਾਰੀ ਗੈਰ ਜ਼ਮਾਨਤੀ ਗ੍ਰਿਫਤਾਰੀ ਵਰਣ ਨੂੰ ਉਹਨਾਂ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਸ ਤੋਂ ਪਹਿਲਾਂ ਜਸਟਿਸ ਅਨੂਪ ਚਿਤਕਾਰਾ ਨੇ 10 ਮਈ ਤੱਕ ਤੇਜਿੰਦਰਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ਤੇ ਰੋਕ ਲਗਾਈ ਸੀ। ਉਦਯੋਗ ਅਤੇ ਅਕਾਦਮੀਆਂ ਵਿਚਾਲੇ ਤਾਲਮੇਲ ਹੋਰ ਬਿਹਤਰ ਬਣਾਉਣ ਦੇ ਮੰਤਰ ਨਾਲ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਕ ਲਾਈਮੈਕ ਮੈਕ ਨੇ ਬੀਤੀ ਸ਼ਾਮ ਚੰਡੀਗੜ੍ਹ ਵਿੱਚ ਉਦਯੋਗ ਜਗਤ ਦੀ ਪਹਿਲੀ ਅਕਾਦਮਿਕ ਇਕਤਰਤਾ 2022 ਕਰਵਾਈ ਇਸ ਦੇ ਪ੍ਰਧਾਨਗੀ ਤਕਨੀਕੀ ਸਿੱਖਿਆ ਦੇ ਪ੍ਰਮੁਖ ਸਕੱਤਰ ਰਾਹੁਲ ਪੰਡਾਰੀ ਨੇ ਕੀਤੀ ਉਨ੍ਹਾਂ ਆਸ ਪ੍ਰਗਟਾਈ ਕਿ ਇਹ ਨਵਕਲੀ ਪਹਿਲ ਕਦਮੀ ਉਦਯੋਗਾਂ ਤੇ ਅਕਾਦਮੀਆਂ ਵਿਚਾਲੇ ਤਾਲਮੇਲ ਪੈਦਾ ਕਰਨ ਲਈ ਬਹੁਤ ਸਹਾਇਕ ਸਿੱਧ ਹੋਵੇਗੀ ਜਿਸ ਨਾਲ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਵਾਸਤੇ ਤਕਨੀਕੀ ਸਿੱਖਿਆ ਦਿੱਤੀ ਜਾ ਸਕੇਗੀ ਉਨ੍ਹਾਂ ਕਿਹਾ ਕਿ ਇਸ ਨਾਲ ਦੁਨੀਆ ਭਰ ਵਿੱਚ ਬਿਹਤਰ ਰੋਜ਼ਗਾਰ ਮ ਉਹ ਇਹ ਕਰਵਾ ਜਾ ਸਕੇਗਾ ਅਤੇ ਨਾਲ ਹੀ ਇਹ ਪਹਿਲ ਕਦਮੀ ਹੁਨਰ ਦੇ ਪਾੜੇ ਨੂੰ ਪੂਰਨ ਵਿਸ਼ਮ ਮਦਦ ਦੇਵੇਗੀ ਮੀਟਿੰਗ ਵਿੱਚ ਪੰਜਾਬ ਤੋਂ ਵੱਧ ਪ੍ਰਮੁੱਖ ਉਦਯੋਗਿਕ ਐਸੋਸੀਏਸ਼ਨਾਂ ਤੇ ਉਦਯੋਗਪਤੀਆਂ ਨੇ ਸ਼ਮੂਲੀਅਤ ਕੀਤੀ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਇਲਾਕੇ ਦੇ ਪਿੰਡ ਮੰਨੀਵਾਲਾ ਲਾਗੀ ਇੱਕ バス ਦੇ ਖੇਤਾ ਵਿੱਚ ਸਪਲਟਨ ਕਰਨ ਤੇਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਦਰਜਨ ਤੋਂ ਵੱਧ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਇਹ ਹਾਦਸਾ ਅਸਵੇਰੀ ਵਾਪਰੀਆ ਜਦਵੇ バス ਪਾਲੀਵਾਲਾ ਤੋਂ ਜਲਾਲਾਬਾਦ ਆ ਰਹੀ ਸੀ ਕਟਨਾ ਬਗਰੋਂ ਆਲੀਦਵਾਲੇ ਦੇ ਪਿੰਡਾਂ ਦੇ ਲੋਕ ਮੌਕੇ ਤੇ ਪਹੁੰਚੇ ਤੇ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਫਾਜ਼ਿਲਕਾ ਤੋਂ ਸਾਡੇ ਪੱਤਰਕਾਰ ਸੁਨੀਲ ਨਾਗਪਾਲ ਅਨੁਸਾਰ ਸਰਕਾਰੀ ਹਸਪਤਾਲ ਵਿੱਚ ਜ਼ਖਮੀਆਂ ਨੂੰ ਸੰਭਾਲਣ ਲਈ ਡਾਕਟਰਾਂ ਦੀ ਕਮੀ ਸਾਫ਼ ਨਜ਼ਰ ਆਈ ਦੱਸਿਆ ਜਾਂਦਾ ਹੈ ਕਿ バス ਅਫਤਾਰ ਤੇਸੀਅਤ ਦੇ ਡਰਾਈਵਰ ਇਸ ਤੇ ਕੰਟਰੋਲ ਨਹੀਂ ਕਰ ਸਕਿਆ ਜਿਸ ਨਾਲ ਬੱਸ ਪਲਟ ਗਈ ਪ੍ਰਸਾਰ 파ਰਟੀ ਦੀ ਅੰਗਰੇਜ਼ੀ ਸਮਾਚਾਰ ਚੈਨਲ ਡੀਡੀ ਇੰਡੀਆ ਦੇ YouTube ਦੇ 2 ਲੱਖ ਤੋਂ ਵੱਧ ਸਕਰਾਈ ਸਬਸਕ੍ਰਾਈਬਰ ਹੋ ਗਏ ਨੇ DD India ਹੁਣ ਦੇਸ਼ ਦਾ ਪਹਿਲੇ ਨੰਬਰ ਦਾ ਅੰਗਰੇਜ਼ੀ ਸਮਾਚਾਰ ਚੈਨਲ ਬਣ ਗਿਆ ਹੈ। DD India ਦੇਖਣ ਵਾਲਿਆਂ ਦੀ ਗਿਣਤੀ ਵਿੱਚ ਪਿਛਲੇ 8 ਹਫ਼ਤਿਆਂ ਵਿੱਚ 150% ਦਾ ਇਜ਼ਾਫਾ ਹੋਇਆ ਹੈ। ਪ੍ਰਸਾਰ ਭਾਰਤੀ ਦੇ ਡਿਜੀਟਲ ਪਲੇਟਫਾਰਮ ਦੇਸ਼ ਭਰ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰ ਰਹੇ ਨੇ। ਅਤੇ ਮੌਜੂਦਾ ਸਮੇਂ ਵਿੱਚ ਪ੍ਰਸਾਰ ਭਾਰਤੀ ਦੇ YouTube ਤੇ ਸਬਸਕ੍ਰਾਈਬਰਾਂ ਦੀ ਗਿਣਤੀ 2 ਕਰੋੜ ਤੋਂ ਵੱਧ ਹੋ ਗਈ ਹੈ। ਪ੍ਰਸਾਰ ਭਾਰਤੀ ਦੇ 190 ਤੋਂ ਵੱਧ YouTube ਚੈਨਲਾਂ ਵਿੱਚ ਖੇਤਰੀ ਚੈਨਲ ਵਿਸ਼ੇਸ਼ ਤੌਰ ਤੇ ਦੱਖਣ ਅਤੇ ਉੱਤਰ ਪੂਰਬ ਦੇ तरह ਦੇ ਚੈਨਲ ਤੇਜ਼ੀ ਨਾਲ ਹਰ ਮਨ ਪਿਆਰੇ ਹੋ ਰਹੇ ਨੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNDU DDK ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਇਸ ਦਿਨ ਵਾਲੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ ਮੈਂ 마ਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀ ਹਾਂ ਬਾਹਰ ਜਾਣ ਲਈ ਤੁਸੀਂ ਵੀ 마ਸਕ ਲਗਾ ਕੇ ਜਾਓ ਇਜਾਜ਼ਤ ਦਿਓ ਨਮਸਕਾਰ